ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਿੱਛੇ ਆਪਣੀ ਗੱਲ ਹੋਈ ਸੀ ਵੀ ਮੰਡੀਕਰਨ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣਾ ਮੰਡੀਕਰਨ ਬਹੁਤ ਜ਼ਰੂਰੀ ਹੈ। ਆਪਾਂ ਹੁਣ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਪਹਿਲੀ ਸੀਰੀਜ਼ ਦਾ ਪਹਿਲਾ ਵੀਡੀਓ ਹੈ ਅੱਜ। ਆਪਣੇ ਦੋਸਤ ਨੇ ਅਮਨ ਤੇ ਜਗਜੀਤ, ਇਹ ਇੱਥੇ ਇੰਟੈਗ੍ਰੇਟਡ ਫਾਰਮਿੰਗ ਕਰ ਰਹੀ ਹੈ, ਪਿੰਡ ਇੰਦਰਪੁਰਾ ਪੈਂਦਾ ਜੀ, ਇਹ ਨਾਭਾ ਪਟਿਆਲਾ ਰੋਡ ਤੇ ਪੈਂਦਾ। ਸੋ ਇੱਥੇ ਕੀ ਹੈ ਜੀ, ਤੁਸੀਂ ਦੇਖੋ ਜਿਵੇਂ ਅਸੀਂ ਪਿੱਛੇ ਦੇਖ ਸਕਦੇ ਹਾਂ, ਦੇਖੋ ਇਹਨਾਂ ਨੇ ਕੀਤਾ ਹੈ, ਦੇਖੋ ਮੁਰਗੀਆਂ ਵੀ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਜੀ, ਤੇ ਨਾਲ ਹੀ ਪਿੱਛੇ ਤੁਸੀਂ ਦੇਖ ਰਹੇ ਹੋ ਜਿਵੇਂ ਹੁਣ ਵੀਡੀਓ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ, ਸਬਜ਼ੀਆਂ ਦਾ ਵੀ ਨਾਲ ਇਹਨਾਂ ਨੇ ਵਧੀਆ ਕੀਤਾ ਵਾ ਜੀ। ਦੇਖੋ ਸਬਜ਼ੀ ਸਾਰੀ ਜਿਹੜੀ ਹੈਗੀ, ਸਭ ਕੁਛ ਜਿਹੜਾ ਹੈਗਾ ਇਹ ਮਾਡਲ। ਪਿੱਛੇ ਗਾਵਾਂ ਵੀ ਰੱਖੀਆਂ ਹੋਈਆਂ, ਉਹ ਵੀ ਤੁਹਾਨੂੰ ਫੋਟੋਆਂ ਦਿਖਾਵਾਂਗੇ ਉਹਦੀਆਂ। ਮੇਨ ਕੀ ਹੈ ਜੀ, ਦੇਖੋ ਅੱਜ ਦੀ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਆਪਣਾ, ਵੀ ਅਸੀਂ ਜਿਹੜਾ ਕਿਸਾਨ ਨੂੰ ਇਸ ਗੱਲ ਵਾਸਤੇ ਪ੍ਰੋਤਸਾਹਿਤ ਕਰੀਏ ਵੀ ਉਹ ਔਰਗੈਨਿਕ ਫਾਰਮਿੰਗ ਵੱਲ ਆਵੇ। ਪਹਿਲੀ ਗੱਲ ਹੈ, ਦੁੱਧ ਹੈ, ਅੰਡੇ ਹੈ, ਜੋ ਵੀ ਚੀਜ਼ ਅਸੀਂ ਪੈਦਾ ਕਰ ਰਹੇ ਹਾਂ ਉਹਦੇ ਵਿੱਚ ਕੁਛ ਵੀ ਐਂਟੀਬਾਇਓਟਿਕ ਹਾਰਮੋਨ ਦਾ ਜਿਹੜਾ ਇਸਤੇਮਾਲ ਹੈ ਉਹ ਨਾ ਦੇ ਬਰਾਬਰ ਹੋਵੇ। ਦੂਜੀ ਗੱਲ, ਆਪਣਾ ਮੰਡੀਕਰਨ ਹੋਵੇ। ਸੋ ਆਪਾਂ ਗੱਲ ਕਰਾਂਗੇ ਜੀ ਇਹਨਾਂ ਨਾਲ ਜੀ, ਤੇ ਮੇਰਾ ਇਹੀ ਅੱਜ ਦੀ ਵੀਡੀਓ ਪਾਉਣ ਦਾ ਇਹੀ ਮਕਸਦ ਹੈ ਵੀ ਅਸੀਂ ਇੱਦਾਂ ਦੇ ਜਿਹੜੇ ਪਸ਼ੂ ਪਾਲਕ ਨੇ ਇਹਨਾਂ ਨੂੰ ਉਤਸ਼ਾਹਿਤ ਕਰੀਏ। ਸੋ ਠੀਕ ਹੈ ਵੀਰ ਜੀ, ਦੱਸੋ ਤੁਸੀਂ ਵੀ ਕਿਸ ਤਰ੍ਹਾਂ ਆਪਾਂ ਕੀ ਕੁਛ ਕਰ ਰਹੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡੇ ਤੁਸੀਂ ਫਾਰਮ ਤੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਡਾਕਟਰ ਸਾਹਿਬ, ਇਸ ਤਰ੍ਹਾਂ ਹੈਗਾ, ਆਪਾਂ ਨੇ ਇੱਕ ਇੰਟੀਗ੍ਰੇਟਿਡ ਫਾਰਮ ਦਾ ਵੱਲ ਜਾ ਰਹੇ ਹੈਗੇ ਹਾਂ, ਜਿਸ ਦੇ ਵਿੱਚ ਸਬਜ਼ੀਆਂ ਜੋ ਕਿ ਬਿਲਕੁਲ ਨੈਚੁਰਲ ਨੇ, ਤੇ ਨਾਲ ਹੀ ਡੇਅਰੀ ਦਾ ਹੈਗਾ ਗਾ, ਦੇਸੀ ਬਰੀਡ ਹੈਗੀ ਹੈਗੀ ਸਾਹੀਵਾਲ ਆ, ਹਰਪਰਕਰ ਆ, ਤੇ ਨਾਲ ਹੀ ਪੋਲਟਰੀ ਦੇ ਵਿੱਚ ਹੈਗਾ ਗਾ, ਉਹ ਵੀ ਦੇਸੀ ਬਰੀਡ ਹੀ ਹੈ, ਜਿਵੇਂ ਕੜਕਨਾਥ ਹੋ ਗਿਆ, ਆਰ ਆਈ ਆਰ ਤੇ ਬਲੈਕ ਐਸਟਰੋਲੋਗ। ਇਹ ਦੇਸੀ ਰੱਖਣ ਦਾ ਪਰਪਸ ਸਾਡਾ ਇਹੀ ਸੀ ਵੀ ਇੱਕ ਤਾਂ ਇਹਨਾਂ ਨੂੰ ਬਿਮਾਰੀ ਬਹੁਤ ਘੱਟ ਪੈਂਦੀ ਹੈ, ਤੇ ਬਾਕੀ ਇਹ ਹਰ ਮੌਸਮ ਦੇ ਵਿੱਚ, ਚਾਹੇ ਉਹ ਐਕਸਟ੍ਰੀਮ ਹੀਟ ਆ ਜਾਂ ਐਕਸਟ੍ਰੀਮ ਕੋਲਡ ਆ, ਉਹਦੇ ਵਿੱਚ ਇਹ ਸਰਵਾਈਵ ਕਰਦੀਆਂ ਨੇ। ਸੋ ਇਸ ਕਰਕੇ ਅਸੀਂ ਇਹ ਸਾਰਾ ਸਿਸਟਮ ਜੋੜ ਰਹੇ ਹੈਗੇ ਆਗੇ। ਅੱਜ ਜਿਵੇਂ ਦੇਖ ਰਹੇ ਹੋ ਤੁਸੀਂ ਸਬਜ਼ੀਆਂ ਨੇ, ਮਤਲਬ ਇਹ ਬਿਲਕੁਲ ਇਹਦੇ ਵਿੱਚ ਕੋਈ ਵੀ ਸਾਨੂੰ ਜ਼ਰੂਰਤ ਨਹੀਂ ਪਈ ਹੈਗੀ ਵੀ ਇਹਦੇ ਵਿੱਚ ਕੁਝ ਪੈਸਟੀਸਾਈਡ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਪਾਇਆ ਜਾਵੇ। ਆ ਚਾਰਾ ਜਿਹੜਾ ਲਾਇਆ ਗਿਆ ਇਹ ਵੀ ਔਰਗੈਨਿਕ ਆ, ਪਿਓਰ ਨੈਚੁਰਲ, ਆਪਣੇ ਆਪ ਹੀ ਹੋ ਰਿਹਾ ਹੈਗਾ ਸਾਰਾ ਕੁਝ, ਤੇ ਇਹ ਸਾਰਾ ਕੋਸ਼ਿਸ਼ ਕਰ ਰਹੇ ਹਾਂਗੇ ਵੀ ਇੱਕ ਇੱਕ ਫੂਡ ਚੇਨ ਕ੍ਰੀਏਟ ਕੀਤੀ ਜਾਵੇ ਜਿਹੜੀ ਟੋਟਲੀ ਮਤਲਬ ਇੱਕ ਫਰਟੀਲਾਈਜ਼ਰ ਫ੍ਰੀ ਹੋਵੇ, ਕੈਮੀਕਲ ਜਿੰਨੇ ਵੀ ਪੈਂਦੇ ਨੇ ਇਹਦੇ ਵਿੱਚ ਉਹਨਾਂ ਤੋਂ ਸਾਰਿਆਂ ਤੋਂ ਆਪਾਂ ਫ੍ਰੀ ਰਹੀਏ, ਤਾਂ ਕਿ ਆਪਣੇ ਜਿਹੜੀ ਅੱਗੇ ਫੂਡ ਆ ਉਹ ਗੁੱਡ ਕੁਆਲਿਟੀ ਦਾ ਹੋ ਸਕੇ। ਹਾਂਜੀ, ਤੁਸੀਂ ਕੁਛ ਕਹਿਣਾ ਚਾਹੋਗੇ ਦੱਸੋ ਜੀ, ਲੜੋ ਮਾਈਕ ਲੜੋ। ਹਾਂਜੀ ਸਰ, ਸਾਡਾ ਜੋ ਪਰਪਸ ਸੀਗਾ ਜੋ ਸਟਾਰਟ ਕਰਿਆ ਸੀ ਅਸੀਂ, ਉਹ ਅਸੀਂ ਸਟਾਰਟ ਕਰਿਆ ਸੀ ਵੀ ਜੋ ਸਾਡੀ ਕਿਚਨ ਆ ਉਹ ਮਾਰਕੀਟ ਫ੍ਰੀ ਕਿਚਨ ਦਾ ਕਨਸੈਪਟ ਸੀਗਾ। ਬਿਲਕੁਲ ਜੀ, ਵੀ ਜੋ ਕੁਛ ਵੀ ਆਪਾਂ ਨੂੰ ਪ੍ਰੋਡਕਟ ਫਾਰਮ ਟੂ ਫੋਕ ਕਹਿੰਦੇ ਵੀ ਸਿੱਧਾ ਕਿਸਾਨ ਦੇ ਉਤੋਂ ਪੈਦਾ ਕਰਕੇ ਸਿੱਧਾ ਰਸੋਈ ਤੱਕ ਪਹੁੰਚਾਇਆ ਜਾਵੇ। ਹਾਂਜੀ, ਤੇ ਜੋ ਵੀ ਪ੍ਰੋਡਕਟ ਇੱਥੇ ਹੋਣ ਉਹ ਬਾਹਰੋਂ ਕੁਛ ਵੀ ਖਰੀਦਣਾ ਨਾ ਪਵੇ, ਦੁੱਧ ਦੁੱਧ ਹੋ ਗਿਆ, ਦਹੀਂ ਹੋ ਗਿਆ, ਮੱਖਣ ਹੋ ਗਿਆ, ਜੋ ਆਪਾਂ ਚਾਰ ਗਾਵਾਂ ਨਾਲ ਸਟਾਰਟ ਕਰਿਆ ਸੀ ਅੱਜ ਆਪਣੇ ਕੋਲ 6 ਹੋ ਗਈਆਂ ਨੇ, ਤੇ ਉਹਨਾਂ ਦਾ ਦੁੱਧ ਅਸੀਂ ਯੂਜ਼ ਕਰਦੇ ਹਾਂ ਤੇ ਸੇਲ ਵੀ ਕਰਦੇ ਹਾਂ। A2 ਮਿਲਕ ਆ ਸਾਰਾ, ਤੇ ਅੱਛੀ ਕੁਆਲਿਟੀ ਦਾ ਮਿਲਕ ਆ, ਹੁਣ ਦੁੱਧ ਦਹੀਂ ਮੱਖਣ ਪਨੀਰ ਸਭ ਘਰ ਦਾ ਹੋ ਗਿਆ ਜੀ, ਤੇ ਬਾਕੀ ਜੋ ਵੈਜੀਟੇਬਲਸ ਨੇ ਸਾਰੀਆਂ ਇਹ ਪੈਸਟੀਸਾਈਡ ਫ੍ਰੀ ਨੇ, ਇਹਨਾਂ ਦਾ ਵਿੱਚ ਅਸੀਂ ਆਹ ਲਗਾਇਆ ਜੀ, ਮੱਕੀ ਲਗਾਈ ਆ, ਗੇਂਦਾ ਲਗਾਇਆ ਤੇ ਲੋਬੀਆ ਲਗਾਇਆ, ਇਹ ਮਿੱਤਰ ਕੀਟ ਨੂੰ ਅਟਰੈਕਟ ਕਰਦਾ ਜਿਹੜਾ ਕਿ ਪੈਸਟ ਕੰਟਰੋਲ ਦਾ ਕੰਮ ਕਰਦੇ ਨੇ, ਤੇ ਆਪਾਂ ਨੂੰ ਪੈਸਟੀਸਾਈਡ ਦੀ ਜ਼ਰੂਰਤ ਨਹੀਂ ਪੈਂਦੀ ਉਹ ਚੀਜ਼ ਦਾ, ਨੈਚੁਰਲੀ ਜੋ ਮੈਜਰਸ ਨੇ ਉਹ ਅਸੀਂ ਅਪਣਾਏ ਨੇ, ਤੇ ਇਹ ਅਸੀਂ ਇੰਟੀਗ੍ਰੇਟਿਡ ਫੂਡ ਚੇਨ ਮਤਲਬ
ਇੰਟੀਗ੍ਰੇਟਡ ਪ੍ਰੋਜੈਕਟ ਦੀ ਫਾਰਮ ਚ ਇਹਨੂੰ ਅਸੀਂ ਸਟਾਰਟ ਕਰਿਆ। ਸੋ ਦੇਖੋ ਆਪਣਾ ਨੰਬਰ ਮੈਂ ਇਹਨਾਂ ਨੂੰ ਕਹੂੰਗਾ ਜੀ, ਨੰਬਰ ਆਪਣਾ ਦੱਸਾਂਗੇ ਤੁਹਾਨੂੰ। ਸੋ ਮੈਂ ਗਾਵਾਂ ਦੀ ਫੋਟੋ ਦਿਖਾਵਾਂ ਗਾਵਾਂ, ਕਿਉਂਕਿ ਸਰਦੀ ਕਾਫੀ ਹੈ, ਹਾਲਾਂਕਿ ਧੁੱਪ ਨਿਕਲੀ ਹੈ ਪਰ ਫਿਰ ਵੀ ਸਰਦੀ ਕਾਫੀ ਹੋਣ ਕਰਕੇ ਨਾ ਬੱਚੀਆਂ ਨੇ ਦੋ ਛੋਟੀਆਂ, ਤੇ ਗਾਵਾਂ ਅੰਦਰ ਰੱਖੀਆਂ ਹੋਈਆਂ, ਤੁਹਾਨੂੰ ਗਾਵਾਂ ਦੀ ਫੋਟੋ ਦਿਖਾਵਾਂਗੇ ਆਪਾਂ ਤੇ ਨਾਲ ਇੱਕ ਛੋਟੀ ਵੀਡੀਓ ਬਣਾ ਕੇ ਪਾਵਾਂਗੇ। ਸੋ ਅਮਨਦੀਪ ਜੀ ਆਪਣਾ ਮੋਬਾਈਲ ਨੰਬਰ ਆਪਣਾ ਸ਼ੇਅਰ ਕਰ ਦਿਓ ਜੀ, ਜਿਹੜਾ ਵੀ ਕੋਈ ਤੁਹਾਡੇ ਨਾਲ ਲੋਕ ਸੰਪਰਕ ਕਰਨਾ ਚਾਹੁੰਦੇ ਆ ਜੀ, ਸਬਜ਼ੀ ਵਾਸਤੇ, ਦੁੱਧ ਵਾਸਤੇ ਤੇ ਦੇਸੀ ਅੰਡਿਆਂ ਵਾਸਤੇ, ਹੈ ਨਾ ਜੀ। ਆਪਣਾ ਨੰਬਰ ਬੋਲ ਦਿਓ ਜੀ ਪਲੀਜ਼। 9 8 7 7 3 1 4 1 4 4 5 4 4 5 4 4 5 4 4 5 4 4 5 4 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5 4 5
ਨਵੇਂ ਸਟਾਰਟਅਪ ਨੇ ਜੀ ਇਹਨਾਂ ਦੇ, ਅਸੀਂ ਇਹਨਾਂ ਨੂੰ ਉਤਸ਼ਾਹਿਤ ਕਰੀਏ, ਇਹਨਾਂ ਨਾਲ ਜੁੜੀਏ, ਇਹਨਾਂ ਨੂੰ ਪ੍ਰਮੋਟ ਕਰੀਏ। ਇਹ ਸਾਡਾ ਆਪਣਾ ਧੰਦਾ, ਸਾਡਾ ਆਪਣਾ ਸਿਸਟਮ ਹੈ, ਸਾਡਾ ਆਪਣਾ ਸਭ ਕੁਛ ਹੈ। ਕਿਉਂਕਿ ਮੈਂ ਇੱਕ ਗੱਲ ਕਹਿਣਾ ਨਾ ਵਾਰ ਵਾਰ ਵੀ, ਇਹ ਮਸਲੇ ਖੁਰਾਕ ਵਾਲੇ ਹੈ, ਬੰਦਿਆਂ 'ਚ ਤੇ ਪਸ਼ੂਆਂ 'ਚ ਵੀ। ਇਹ ਦਵਾਈਆਂ ਨਾਲ ਨਹੀਂ, ਇਹ ਖੁਰਾਕ ਨਾਲ ਹੀ ਹੱਲ ਹੋਣੇ। ਸੋ ਠੀਕ ਹੈ ਜੀ, ਮੈਂ ਇਹੀ ਕਹੂੰਗਾ, ਵੀਡੀਓ ਸਾਰੇ ਦੇਖੋ, ਇਹ ਵੀਡੀਓ ਜ਼ਰੂਰ ਸ਼ੇਅਰ ਕਰੋ। ਮੈਂ ਆਮ ਤੌਰ 'ਤੇ ਨਹੀਂ ਕਹਿਣਾ ਹੁੰਦਾ, ਪਰ ਇਹ ਸਾਡਾ ਜ਼ਰੂਰੀ ਹੈ, ਕਿਉਂਕਿ ਅਸੀਂ ਚਾਹੁੰਦੇ ਵੀ ਸਾਡੇ ਜਿਹੜੇ ਵੀਰ ਆਪਣਾ ਕੰਮ ਕਰ ਰਹੇ ਹੈ, ਉਹਨਾਂ ਦਾ ਛੋਟਾ ਜਿਹਾ ਕੰਮ ਹੈ ਜਿਹੜਾ ਨੂੰ ਅਸੀਂ ਵੱਡਾ ਬਣਾਉਂਦੇ। ਸੋ ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗਾਵਾਂ ਵਾਲੀ ਵੀਡੀਓ ਛੋਟੀ ਜਿਹੀ ਵੀਡੀਓ ਸ਼ੇਅਰ ਕਰਕੇ ਮੈਂ ਨਾਲ ਹੀ ਦੇ ਪਾਊਂਗਾ। ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।